ਤੇ ਸਾਡੇ ਤੇ ਆ ਵੇਖੋ ਹਮਲਾ ਕੀਤਾ ਗਿਆ ਗੋਲੀਆਂ ਵੇਖੋ ਚਲਾਈਆਂ ਗਈਆਂ ਨੇ ਰਾਇਕਾ ਛੋਟੇ ਬੱਚੇ ਦੇ ਵੀ ਆ ਵੇਖੋ ਆ ਗੋਲੀ ਲੱਗੀ ਆ ਗੋਲੀ ਲੱਗੀ ਤੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ताजा मामला अमृतसर के पिंड पंडोरी तो आ रहा है जिथे जिमीदारां ते मजदूरां दे विच पैसे नूं लै के झड़प हो गई। जानकारी अनुसार दस्या जा रहा है कि मजदूरां ने जिमीदार कोलों झोना लवाई दी 3500 रुपए की मांग की सी, परंतु जिमीदार ने उन्हां नूं 3000 रुपए विच ही झोना लाउण नूं कहा। इसे गल नूं लै के दोनों धिरां विच झड़प हो गई अते देखदिआं ही देखदिआं इह झड़प गोलियां चलण दा रूप धारण कर गई। हालांकि यह पूरी घटना कैमरे विच कैद हो गई है जिस नूं तुसीं अपने मोबाइल स्क्रीन ते साफ देख सकते हो। इस पूरे विवाद नूं लैके पुलिस इस मामले की जांच कर रही है। यह मामला अगे होर की नवा मोड़ लैके आउंदा है यह तां आउण वाला समां ही दसेगा। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਲਾਕਾ ਨਿਵਾਸੀ ਸਾਰੇ ਭੈਣ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਆ ਕਿ ਸਾਡਾ ਪਿੰਡ ਪੰਡੋਰੀ ਤਹਿਸੀਲ ਚਨਾਲਾ ਬਲਾਕ ਚਗਾਵਾਂ ਦੇ ਵਿੱਚ ਅਸੀਂ ਰਹਿਣ ਵਾਲੇ ਹਾਂ ਤੇ ਸਾਡੇ ਤੇ ਆ ਵੇਖੋ ਹਮਲਾ ਕੀਤਾ ਗਿਆ ਗੋਲੀਆਂ ਵੇਖੋ ਚਲਾਈਆਂ ਗਈਆਂ ਨੇ। ਇਹ ਸਿਰਫ ਮਸਲਾ ਸੀ ਲਾਭ ਦਾ, ਅਸੀਂ 3500 ਮੰਗਦੇ ਹਾਂ ਉਹ ਆਂਦੇ 3000 ਚ ਲਾਉਣਾ ਤੇ ਲਾਓ ਤੇ ਕੁਝ ਜ਼ਿਮੀਂਦਾਰਾਂ ਨੇ ਸਾਨੂੰ ਝੋਨਾ ਲਾਉਣ ਤੇ ਡਾਇਆ ਹੈ ਤੇ ਪਰ ਇਹਨਾਂ ਨੇ ਫਿਰ ਮਗਰੋਂ ਸਾਡੇ ਕੁਝ ਬੰਦੇ ਘਰ ਹੀ ਉਹਨਾਂ ਦੇ ਆ ਵੇਖੋ ਹਮਲਾ ਕਰਾਇਆ ਕਿ ਛੋਟੇ ਬੱਚੇ ਦੇ ਵੀ ਆ ਵੇਖੋ ਆ ਗੋਲੀ ਲੱਗੀ ਆ ਗੋਲੀ ਲੱਗੀ ਤੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਪੁਲਿਸ ਡਿਪਾਰਟਮੈਂਟ ਪਹੁੰਚਿਆ ਆ ਤੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਨਹੀਂ ਤਾਂ ਅਸੀਂ ਸਖਤ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ। ਆ ਸਾਰੇ ਮਜ਼ਦੂਰ ਏਕਤਾ ਸਾਰੇ ਸਾਡੇ ਪਿੰਡ ਵਾਸੀ ਨਾਲ ਨੇ, ਇੱਕ ਨੇ ਉਹ ਕੈਮਰਾ ਮਾਰ ਦਿਓ ਸਾਰਿਆਂ ਨੂੰ ਇਹ ਥਾਂ ਇਹ ਜਿਹੜੇ ਕੋਈ ਸਾਡੇ ਥਾਂ ਨੇ ਉਹ ਵੀ ਸਾਡੇ ਥਾਂ ਖੋਣ ਨੂੰ ਫਿਰਦੇ ਆ। ਇਹ ਸਾਰੀ ਜ਼ਿਮੀਂਦਾਰ ਭਰਾ ਜਿਹੜੇ ਸਾਰੇ ਰਲੇ ਹੋਏ ਨੇ ਇਹ ਸਾਨੂੰ ਪਿੰਡ ਚੋਂ ਕੱਢਣ ਤੱਕ ਤਿਆਰ ਹੋਏ ਨੇ। ਪ੍ਰਾਈਮ ਉਹਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।